ਪੰਜਾਬੀ ਭਾਸ਼ਾ ਦੇ ਲਈ ਗੁਰਮੁਖੀ ਲਿਪੀ ਕਿਉਂ ਢੁੱਕਵੀਂ ਹੈ, ਅੱਜ ਇਸ ਬਾਰੇ ਵਿਚਾਰ ਕਰਾਂਗੇ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਨੂੰ ਜੇ ਸੁਚਾਰੂ ਢੰਗ ਨਾਲ ਲਿਖਤੀ ਰੂਪ ਦੇਣਾ ਤਾਂ ਗੁਰਮੁਖੀ ਲਿਪੀ ਹੀ ਹੈ ਉਸਦੇ ਲਈ ਢੁੱਕਵੀਂ ਹੈ। ਅਸੀਂ ਜਾਣਦੇ ਹਾਂ ਕਿ ਵਿਸ਼ਵ ਦੇ ਵਿੱਚ ਬਹੁਤ ਸਾਰੀਆਂ ਲਿਪੀਆਂ ਨੇ, ਉਹਨਾਂ ਵਿੱਚ ਗੁਰਮੁਖੀ ਲਿਪੀ ਦਾ ਇੱਕ ਆਪਣਾ ਸਥਾਨ ਹੈ। ਗੁਰਮੁਖੀ ਲਿਪੀ ਇੱਕ ਸੁਤੰਤਰ ਲਿਪੀ ਹੈ ਅਤੇ ਪੰਜਾਬੀ ਲਿਖਣ ਦੇ ਲਈ ਢੁੱਕਵੀਂ ਹੈ। ਇਸ ਗੱਲ ਦੀ 1966 ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ 1966 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਪੰਜਾਬ ਰਾਜ ਦੀ ਨਿਰਮਾਣ ਹੁੰਦਾ ਹੈ ਅਤੇ ਉਸ ਵੇਲੇ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਨੂੰ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਦੂਸਰੀਆਂ ਲਿਪੀਆਂ ਦੇ ਵਿੱਚ ਵੀ ਭਾਵੇਂ ਪੰਜਾਬੀ ਭਾਸ਼ਾ ਨੂੰ ਲਿਖਿਆ ਜਾ ਸਕਦਾ ਹੈ, ਪਰ ਉਹ ਪੰਜਾਬੀ ਜਿਹੜਾ ਮੁਹਾਂਦਰਾ ਹੈ, ਧੁਨੀ ਦਾ ਜਿਹੜਾ ਸੁਭਾਅ ਹੈ, ਪੰਜਾਬੀ ਬੋਲੀ ਦਾ ਜਿਹੜੀ ਵਿਲੱਖਣਤਾ, ਉਸ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਦੂਜੀਆਂ ਲਿਪੀਆਂ ਦੇ ਵਿੱਚ ਜਿਸ ਤਰ੍ਹਾਂ ਗੁਰਮੁਖੀ ਲਿਪੀ ਵਿੱਚ ਰੱਖਿਆ ਜਾ ਸਕਦਾ। ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਦੀ ਜਿਹੜੀ ਸਾਂਝ ਹੈ ਉਹ ਲਗਭਗ 500 ਸਾਲ ਪੁਰਾਣੀ ਵੀ ਹੈ। ਇਸ ਤਰੀਕੇ ਨਾਲ ਜਿਹੜੀ ਗੁਰਮੁਖੀ ਲਿਪੀ ਸੁਤੰਤਰ ਲਿਪੀ ਹੈ, ਵਿਸ਼ਵ ਦੀਆਂ ਵੱਖਰੀਆਂ ਵਿਸ਼ਵ ਵਿੱਚ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਲਈ ਵੱਖਰੀਆਂ ਵੱਖਰੀਆਂ ਲਿਪੀਆਂ ਦਾ ਇਸਤੇਮਾਲ ਹੋ ਰਿਹਾ ਅਤੇ ਪੰਜਾਬੀ ਦੇ ਲਈ ਗੁਰਮੁਖੀ ਲਿਪੀ ਦਾ ਜਿਹੜਾ ਸਥਾਨ ਹੈ ਕਾਫੀ ਉੱਚਾ ਹੈ, ਵਿਸ਼ਵ ਭਰ ਵਿੱਚ ਇਸਦਾ ਇੱਕ ਮਹੱਤਵਪੂਰਨ ਸਥਾਨ ਹੈ। ਗੁਰਮੁਖੀ ਲਿਪੀ ਪੰਜਾਬੀ ਬੋਲੀ ਦੇ ਸ਼ਬਦਾਂ ਅਤੇ ਧੁਨੀਆਂ ਨੂੰ ਸਹੀ ਰੂਪ ਦੇਣ ਦਾ ਇੱਕ ਸਹੀ ਮਾਧਿਅਮ ਹੈ। ਕਿਸੇ ਹੋਰ ਲਿਪੀ ਦੇ ਵਿੱਚ ਪੰਜਾਬੀ ਧੁਨੀ ਨੂੰ ਅਤੇ ਪੰਜਾਬੀ ਸ਼ਬਦ ਦਾ ਸਹੀ ਉਚਾਰਨ ਬਰਕਰਾਰ ਰੱਖਣਾ ਮੁਸ਼ਕਲ ਹੈ। ਦੂਸਰਾ ਇਹ ਹੈ ਕਿ ਪੰਜਾਬੀ ਵਿੱਚ ਜਿੰਨੀਆਂ ਧੁਨੀਆਂ ਨੇ ਉਨੇ ਹੀ ਉਹਦੇ ਧੁਨੀ ਚਿੰਨ੍ਹ ਨੇ। ਸਵੇਰੇ ਪੰਜਾਬੀ ਦੇ ਵਿੱਚ ਜਿਹੜੀਆਂ ਧੁਨੀਆਂ ਨੇ 41 ਨੇ 41 ਨੇ ਅਤੇ ਇਸ ਤਰੀਕੇ ਨਾਲ ਉਸਦੇ ਲਈ ਧੁਨੀ ਚਿੰਨ੍ਹ ਵੀ ਵੱਖਰੇ ਵੱਖਰੇ ਰੱਖੇ ਗਏ ਨੇ, ਉਹਨਾਂ ਦੀ ਵੀ ਗਿਣਤੀ ਵੀ 41 ਹੀ ਹੈ ਅਤੇ ਹਰੇਕ ਚਿੰਨ੍ਹ ਦਾ ਜਿਹੜਾ ਆਕਾਰ ਹੈ ਉਹ ਸਾਦਾ ਅਤੇ ਦੂਸਰੇ ਨਾਲ ਪੂਰੀ ਤਰ੍ਹਾਂ ਨਹੀਂ ਮਿਲਦਾ, ਦੂਸਰੇ ਚਿੰਨ੍ਹਾਂ ਨਾਲ ਉਹਦੀ ਇੱਕ ਵਿਲੱਖਣ ਪਹਿਚਾਣ ਵੀ ਬਣੀ ਹੋਈ ਹੈ। ਗੁਰਮੁਖੀ ਵਿੱਚ ਵਿਦੇਸ਼ੀ ਆਵਾਜ਼ਾਂ ਦੇ ਉਚਾਰਨ ਕਰਨ ਦੇ ਲਈ ਅਸੀਂ ਪੈਰ 'ਚ ਬਿੰਦੀ ਪਾ ਕੇ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੱਸੇ ਪੈਰ ਬਿੰਦੀ, ਖੱਕੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ, ਅਸੀਂ ਵੀ ਫਾਰਸੀ ਦੀਆਂ, ਅਰਬੀ ਫਾਰਸੀਆਂ ਦੀਆਂ ਮੁਗਲਾਂ 'ਤੇ ਆਉਣ ਤੋਂ ਬਾਅਦ ਜਿਹੜੀਆਂ ਧੁਨੀਆਂ ਪੰਜਾਬੀ ਵਿੱਚ ਆਈਆਂ ਸ਼ਾਮਿਲ ਹੋਈਆਂ ਅਤੇ ਉਹਨਾਂ ਨੂੰ ਲਿਖਤੀ ਰੂਪ ਦੇਣ ਦੇ ਲਈ ਪੈਰ 'ਚ ਬਿੰਦੀ ਪਾ ਕੇ ਅਸੀਂ ਗੁਰਮੁਖੀ ਲਿਪੀ ਦਾ ਜਿਹੜਾ ਆਪਣੀ ਵਰਤੋਂ ਆ ਉਸਨੂੰ ਸਫਲ ਬਣਾਉਂਦੇ ਹਾਂ ਅਤੇ ਇਸ ਤਰ੍ਹਾਂ ਜਿਹੜੀ ਧੁਨੀ ਚਿੰਨ੍ਹਾਂ ਦੀ ਜਿਹੜਾ ਉਚਾਰਨ ਆ ਉਸਨੂੰ ਵੀ ਬਰਕਰਾਰ ਰੱਖਦੇ ਹਾਂ। ਗੁਰਮੁਖੀ ਲਿਪੀ ਦੇ ਜੇ ਤੁਸੀਂ ਦੇਖਦੇ ਹੋ ਜਿਹੜੇ ਵਰਨ ਨੇ ਉਹਨਾਂ ਦੀ ਵੀ ਜਿਹੜੀ ਤਰਤੀਬ ਆ ਉਹ ਵਿਗਿਆਨਿਕ ਹੈ, ਕਿਉਂਕਿ ਅਸੀਂ ਜਦੋਂ ਧੁਨੀ ਵਿਗਿਆਨ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਧੁਨੀਆਂ ਵੱਖਰੇ ਵੱਖਰੇ ਉਚਾਰਨ ਅੰਗਾਂ ਨਾਲ ਹੋਂਦ ਵਿੱਚ ਆਉਂਦੀਆਂ ਨੇ। ਗੁਰਮੁਖੀ ਅੱਖਰਾਂ ਦੀ ਜਿਹੜੀ ਤਰਤੀਬ ਆ ਉਹ ਵਿਗਿਆਨਿਕ ਹੈ ਅਤੇ ਉਚਾਰਨ ਅੰਗਾਂ ਦੀ ਤਰਤੀਬ ਮੁਤਾਬਕ ਹੀ ਜਿਹੜੇ ਧੁਨੀ ਚਿੰਨ੍ਹ ਨੇ ਉਹਨਾਂ ਨੂੰ ਨਿਸ਼ਚਿਤ ਕੀਤਾ ਗਿਆ ਹੈ। ਕੰਠੀ ਧੁਨੀਆਂ ਨੇ, ਤਾਲਵੀ ਧੁਨੀਆਂ ਨੇ, ਉਲਟ ਜੀਭੀ ਧੁਨੀਆਂ ਨੇ, ਦੰਤੀ ਧੁਨੀਆਂ ਨੇ, ਹੋਂਠੀ ਧੁਨੀਆਂ ਨੇ, ਉਨਾਸਕੀ ਧੁਨੀਆਂ ਨੇ। ਇਸ ਨੂੰ ਵਿਗਿਆਨਿਕ ਤਰਤੀਬ ਦੇ ਨਾਲ ਵਰਨਮਾਲਾ ਵਿੱਚ ਥਾਂ ਦਿੱਤੀ ਗਈ ਹੈ। ਇਸੇ ਤਰ੍ਹਾਂ ਗੁਰਮੁਖੀ ਲਿਪੀ ਵਿੱਚ ਜਿਹੜੀਆਂ ਅਖੰਡੀ ਧੁਨੀਆਂ ਨੇ ਉਹਨਾਂ ਦੇ ਲਈ ਅੱਧਕ ਬਿੰਦੀ ਅਤੇ ਟਿੱਪੀ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦਬਾਅ ਪਾਉਣ ਦੇ ਲਈ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨਾਸਕਤਾ ਪੈਦਾ ਕਰਨ ਲਈ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਗੱਲ ਇਹ ਆਉਂਦੀ ਹੈ ਕਿ ਜਿਹੜੀ ਗੁਰਮੁਖੀ ਲਿਪੀ ਹੈ ਜਦੋਂ ਅਸੀਂ ਉਸਦਾ ਦੂਸਰੀਆਂ ਲਿਪੀਆਂ ਨਾਲ ਕੰਪੈਰੀਜ਼ਨ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਪਾਸ ਮੌਜੂਦ ਲਿਪੀਆਂ ਨੇ, ਜੇ ਉਹਨਾਂ ਮੌਜੂਦ ਲਿਪੀਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਿਆ ਜਾਵੇ ਕਿ ਉਹ ਪੰਜਾਬੀ ਭਾਸ਼ਾ ਨਾਲ ਲਿਪੀਆਂ ਇਨਸਾਫ ਕਰਦੀਆਂ ਕਿ ਨਹੀਂ। ਸਭ ਤੋਂ ਪਹਿਲਾਂ ਸਾਡੀ ਜਿਹੜੀ ਰਾਸ਼ਟਰੀ ਭਾਸ਼ਾ ਹਿੰਦੀ ਲਿਖਣ ਦੇ ਲਈ ਦੇਵਨਾਗਰੀ ਲਿਪੀ ਵਰਤੀ ਜਾਂਦੀ ਹੈ ਉਸ ਦੀ ਗੱਲ ਕਰਦੇ ਹਾਂ, ਗੁਰਮੁਖੀ ਅਤੇ ਦੇਵਨਾਗਰੀ ਲਿਪੀ ਦਾ ਕੰਪੈਰੀਜ਼ਨ ਕਰਾਂਗੇ। ਜਦੋਂ ਅਸੀਂ ਸਧਾਰਨ ਰੂਪ ਵਿੱਚ ਵੀ ਦੇਖਦੇ ਹਾਂ ਕਿ ਜਿਹੜੇ ਗੁਰਮੁਖੀ ਲਿਪੀ ਦੇ ਜਿਹੜੇ ਚਿੰਨ੍ਹ ਨੇ ਵਰਨ ਨੇ ਉਹ 41 ਨੇ ਅਤੇ ਦੇਵਨਾਗਰੀ ਦੇ 52 ਨੇ, ਇਸ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਸਹਿਜ ਰੂਪ ਵਿੱਚ ਅਸੀਂ ਦੇਖਦੇ ਹਾਂ ਕਿ
ਜਿਹੜੇ 11 ਚਿੰਨ ਨੇ ਦੇਵਨਾਗਰੀ ਵਿੱਚ ਉਹ ਫਾਲਤੂ ਨੇ, ਜਿਨ੍ਹਾਂ ਦੀ ਵਰਤੋਂ ਗੁਰਮੁਖੀ ਵਿੱਚ ਨਹੀਂ ਕੀਤੀ ਜਾਂਦੀ। ਇਹਦੇ ਆਕਾਰ ਪੱਖੋਂ ਵੀ ਜਿਹੜੀ ਗੁਰਮੁਖੀ ਲਿਪੀ ਹੈ ਉਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁੱਕਵੇਂ ਨਹੀਂ ਹੈ ਗੁਰਮੁਖੀ ਦੇ ਮੁਕਾਬਲੇ। ਦੂਸਰਾ, ਦੇਵਨਾਗਰੀ ਲਿਪੀ ਦੇ ਵਿੱਚ ਜਿਹੜੀਆਂ ਧੁਨੀਆਂ ਨੇ ਕ ਚ ਟ ਤ ਬ ਪ, ਇਹ ਜਿਹੜੀਆਂ ਧੁਨੀਆਂ ਨੇ ਉਹਦਾ ਉਚਾਰਨ ਜਿਹੜਾ ਦੇਵਨਾਗਰੀ ਦੇ ਵਿੱਚ ਸਹੀ ਰੂਪ ਵਿੱਚ ਨਹੀਂ ਹੋ ਸਕਦਾ। ਜਿੱਦਾਂ ਅਸੀਂ ਪੰਜਾਬੀ ਵਿੱਚ ਘਰ ਕਹਿੰਦੇ ਹਾਂ ਉਹ ਘਰ ਕਹਿਣਗੇ, ਅਸੀਂ ਪੰਜਾਬੀ ਵਿੱਚ ਝੰਡਾ ਕਹਿੰਦੇ ਹਾਂ ਉਹ ਝੰਡਾ ਲਿਖਿਆ ਜਾਏਗਾ, ਝੰਡਾ ਹੀ ਪੜ੍ਹਿਆ ਜਾਏਗਾ। ਅਸੀਂ ਢੱਕਣ ਕਹਿੰਦੇ ਹਾਂ ਉਹ ਢੱਕਣ ਕਹਿਣਗੇ, ਅਸੀਂ ਧੋਬੀ ਕਹਿੰਦੇ ਹਾਂ ਉਹ ਧੋਬੀ ਕਹਿਣਗੇ, ਅਸੀਂ ਭਾਰਤ ਕਹਿੰਦੇ ਹਾਂ ਅਤੇ ਉਹ ਭਾਰਤ ਕਹਿਣਗੇ। ਇਸ ਤਰੀਕੇ ਨਾਲ ਦੇਵਨਾਗਰੀ ਲਿਪੀ ਹੈ ਜਿਹੜੀ ਉਹ ਪੰਜਾਬੀ ਜ਼ਬਾਨ ਦਾ ਜਿਹੜਾ ਸਹੀ ਮੁਹਾਂਦਰਾ ਹੈ ਉਸਨੂੰ ਬਰਕਰਾਰ ਨਹੀਂ ਰੱਖ ਪਾਉਂਦੀ। ਅਤੇ ਗੁਰਮੁਖੀ ਲਿਪੀ ਜਿਹੜਾ ਧੁਨੀ ਦੀ ਬਹੁਤ ਵਰਤੋਂ ਕੀਤੀ ਗਈ ਹੈ, ਦੇਵਨਾਗਰੀ ਅਤੇ ਹੋਰ ਲਿਪੀਆਂ ਵਿੱਚ ਰਾਗ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਤੁਸੀਂ ਦੇਖਿਆ ਕਿ ਜੇ ਟਿੱਪੀ ਹੈ ਜਿਹੜੀ ਉਹ ਪੰਜਾਬੀ ਦੇ ਵਿੱਚ ਵਰਤੀ ਗਈ ਹੈ, ਅਤੇ ਇਸ ਤਰੀਕੇ ਨਾਲ ਦੇਵਨਾਗਰੀ ਦੇ ਵਿੱਚ ਬਿੰਦੀ ਦੀ ਵਰਤੋਂ ਕੀਤੀ ਗਈ ਹੈ, ਅਤੇ ਉਨਾਸਕਤਾ ਪੈਦਾ ਕਰਨ ਦੇ ਲਈ ਗੁਰਮੁਖੀ ਲਿਪੀ ਦੇ ਵਿੱਚ ਬਿੰਦੀ ਅਤੇ ਟਿੱਪੀ ਦੋਨਾਂ ਦੀ ਵਰਤੋਂ ਕੀਤੀ ਗਈ ਹੈ। ਉਸ ਦੀ ਵਰਤੋਂ ਮਾਤਰਾਵਾਂ ਦੇ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ ਵੀ ਕਿਹੜੇ ਕਿਹੜੇ ਮਾਤਰਾ ਦੇ ਨਾਲ ਕਿਹੜਾ ਚਿੰਨ੍ਹ ਲੱਗਣਾ ਹੈ। ਦੇਵਨਾਗਰੀ ਦੇ ਵਿੱਚ ਜਿਹੜਾ ਹੈ ਉਹ ਬਿੰਦੀ ਦੇ ਨਾਲ ਹੀ ਗੱਲ ਕੀਤੀ ਗਈ ਹੈ, ਇਸ ਕਰਕੇ ਉਹਦਾ ਜਿਹੜਾ ਪੰਜਾਬੀ ਦਾ ਜਿਹੜਾ ਸਹੀ ਉਚਾਰਨ ਆ ਉਸਨੂੰ ਬਰਕਰਾਰ ਨਹੀਂ ਰੱਖ ਪੈਂਦੀ ਦੇਵਨਾਗਰੀ ਲਿਪੀ। ਦੇਵਨਾਗਰੀ ਵਿੱਚ ਲਿਪੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਾਰੇ ਅੱਖਰ ਦੀ ਜਿਹੜੀ ਵਰਤੋਂ ਆ, ਦੁੱਤ ਅੱਖਰ ਦੀ ਵਰਤੋਂ ਆ, ਉਹਦੇ ਬਾਰੇ ਵੀ ਜਿਹੜੀ ਦੇਵਨਾਗਰੀ ਲਿਪੀ, ਕਈ ਜਿਹੜੇ ਦੁੱਤ ਅੱਖਰ ਨੇ ਉਹ ਅੱਖਰ ਦੇ ਉੱਤੇ ਪੈਂਦੇ ਨੇ, ਕਈ ਅੱਖਰ ਦੇ ਪੈਰਾਂ 'ਚ ਪੈਂਦੇ ਨੇ, ਜਦਕਿ ਪੰਜਾਬੀ ਦੇ ਵਿੱਚ ਜਿਹੜੇ ਦੁੱਤ ਅੱਖਰ ਨੇ ਹਮੇਸ਼ਾ ਹੀ ਗੁਰਮੁਖੀ ਲਿਪੀ ਵਿੱਚ ਜਿਹੜੇ ਦੁੱਤ ਅੱਖਰ ਨੇ ਉਹ ਹਮੇਸ਼ਾ ਹੀ ਪੈਰੀ ਪੈਂਦੇ ਨੇ। ਅਤੇ ਇਸ ਕਰਕੇ ਇਹ ਭੁਲੇਖੇ ਜਿਹੜੇ ਨੇ ਦੇਵਨਾਗਰੀ ਵਿੱਚ ਸਾਨੂੰ ਅਕਸਰ ਪੈਂਦੇ ਨੇ ਕਿ ਇਹ ਜਿਹੜਾ ਦੁੱਤ ਅੱਖਰ ਹੈ ਉਹ ਅਸੀਂ ਅੱਖਰ ਦੇ ਪੈਰਾਂ ਵਿੱਚ ਪਾਉਣਾ ਹੈ ਜਾਂ ਉੱਤੇ ਪਾਉਣਾ। ਇਸ ਕਰਕੇ ਬਹੁਤ ਸਾਰੀਆਂ ਗਲਤੀਆਂ ਵੇਖਣ ਨੂੰ ਮਿਲਦੀਆਂ ਨੇ। ਗੁਰਮੁਖੀ ਵਿੱਚ ਕਿਸੇ ਅੱਖਰ ਦੀ ਡੇਢ ਆਵਾਜ਼ ਕੱਢਣ ਦੇ ਲਈ ਸਾਨੂੰ ਅੱਧਕ ਦੀ ਵਰਤੋਂ ਕਰਨੀ ਪੈਂਦੀ। ਗੁਰਮੁਖੀ ਦੇ ਵਿੱਚ ਅਸੀਂ ਅੱਧਕ ਦੀ ਵਰਤੋਂ ਕਰਦੇ ਹਾਂ, ਜੇ ਦੇਵਨਾਗਰੀ ਦੇ ਵਿੱਚ ਜਾਂ ਤਾਂ ਅੱਧਰ ਅੱਧਾ ਅੱਖਰ ਵਰਤਿਆ ਜਾਂਦਾ ਹੈ ਅਤੇ ਜਾਂ ਫਿਰ ਉਸਦੀ ਜਗ੍ਹਾ ਪੂਰਾ ਅੱਖਰ ਵਰਤਿਆ ਜਾਂਦਾ ਹੈ। ਇਸ ਕਰਕੇ ਜਿਹੜੀ ਦੇਵਨਾਗਰੀ ਹੈ ਉਹ ਸੁਚੱਜੇ ਰੂਪ ਵਿੱਚ ਢੁੱਕਵੀਂ ਨਹੀਂ ਹੈ ਪੰਜਾਬੀ ਭਾਸ਼ਾ ਦੇ ਸਹੀ ਮੁਹਾਂਦਰੇ ਨੂੰ ਬਰਕਰਾਰ ਰੱਖਣ ਦੇ ਲਈ। ਦੇਵਨਾਗਰੀ ਵਿੱਚ ਸ਼ ਧੁਨੀ ਦੇ ਲਈ ਵੀ ਕਈ ਚਿੰਨ੍ਹ ਵਰਤੋਂ ਵਿੱਚ ਆਉਂਦੇ ਨੇ, ਇਸਨੂੰ ਵੀ ਯਾਦ ਕਰਨਾ ਪੈਂਦਾ ਹੈ ਕਿ ਕਿਹੜਾ ਜਿਹੜਾ ਚਿੰਨ੍ਹ ਹੈ ਉਹ ਕਿੱਥੇ ਵਰਤੋਂ ਵਿੱਚ ਆਏਗਾ। ਇਸ ਕਰਕੇ ਪੂਰੇ ਗੱਲਬਾਤ ਤੋਂ ਬਾਅਦ ਇਹ ਗੱਲ ਨਿਖੜ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੀ ਦੇਵਨਾਗਰੀ ਲਿਪੀ ਹੈ ਉਹ ਪੰਜਾਬੀ ਭਾਸ਼ਾ ਦੇ ਮੁਹਾਂਦਰੇ ਨਾਲ ਇਨਸਾਫ ਨਹੀਂ ਕਰ ਪਾਉਂਦੀ। ਗੁਰਮੁਖੀ ਲਿਪੀ ਅਤੇ ਫਾਰਸੀ ਲਿਪੀ ਬਾਰੇ ਅਸੀਂ ਦੇਖਦੇ ਹਾਂ ਕਿ ਫਾਰਸੀ ਜਿਹੜੀ ਲਿਪੀ ਹੈ ਮੁਗਲਾਂ ਦੇ ਆਉਣ ਦੇ ਨਾਲ ਸਾਡੇ ਕੋਲ ਪਹੁੰਚਦੀ ਹੈ, ਉਸਦੇ ਜਿਹੜੇ ਧੁਨੀ ਚਿੰਨ੍ਹ ਨੇ ਉਹ 30 ਨੇ ਅਤੇ ਗੁਰਮੁਖੀ ਦੇ ਜਿਹੜੇ ਧੁਨੀ ਚਿੰਨ੍ਹ ਨੇ 41 ਨੇ। ਇਸ ਕਰਕੇ ਇਹਦੇ ਵਿੱਚ ਚਿੰਨ੍ਹਾਂ ਦੀ ਕਮੀ ਹੈ। ਪੰਜਾਬੀ ਦੇ ਵਿੱਚ ਜਿੰਨੀਆਂ ਧੁਨੀਆਂ ਨੇ ਉਨੇ ਹੀ ਚਿੰਨ੍ਹ ਨੇ, ਇਸ ਕਰਕੇ ਫਾਰਸੀ ਲਿਪੀ ਧੁਨੀ ਚਿੰਨ੍ਹਾਂ ਦੇ ਹਿਸਾਬ ਨਾਲ ਵੀ ਇਨਸਾਫ ਨਹੀਂ ਕਰ ਪਾਉਂਦੀ। ਫਾਰਸੀ ਲਿਪੀ ਵਿੱਚ ਇੱਕ ਆਵਾਜ਼ ਦੇ ਲਈ ਕਈ ਕਈ ਅੱਖਰ ਹਨ, ਜਿਵੇਂ ਸ ਧੁਨੀ ਦੇ ਲਈ ਕਈ ਅੱਖਰ ਵਰਤੇ ਗਏ ਨੇ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦਾ ਮੌਲਿਕ ਸੁਭਾਅ ਫਾਰਸੀ ਲਿਪੀ ਨਾਲ ਇਨਸਾਫ ਨਹੀਂ ਕਰਦਾ, ਅਤੇ ਇਸ ਤਰੀਕੇ ਨਾਲ ਫਾਰਸੀ ਵਿੱਚ ਣ ਅਤੇ ਚ ਲਈ ਕੋਈ ਚਿੰਨ੍ਹ ਨਹੀਂ ਹੈ। ਇਸ ਤਰੀਕੇ ਨਾਲ ਅਸੀਂ ਜੇ ਸਹਿਜ ਅਵਸਥਾ ਵਿੱਚ ਵੀ ਜਾਣਦੇ ਹਾਂ ਕਿ ਜਿਹੜੀ ਫਾਰਸੀ ਲਿਪੀ ਹੈ, ਭਾਵੇਂ ਫਾਰਸੀ ਲਿਪੀ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਲਿਖੀ ਜਾ ਰਹੀ ਹੈ, ਪਾਕਿਸਤਾਨ ਦੇ ਵਿੱਚ ਫਾਰਸੀ ਲਿਪੀ ਦੇ ਰਾਹੀਂ ਜਿਹੜੀ ਹੈ ਉਹ ਪੰਜਾਬੀ ਜ਼ਬਾਨ ਲਿਖੀ ਜਾ ਰਹੀ ਹੈ, ਪਰ ਪੂਰੇ ਤਰ੍ਹਾਂ ਜੋ ਗੁਰਮੁਖੀ ਇਨਸਾਫ ਕਰਦੀ ਹੈ ਪੰਜਾਬੀ ਭਾਸ਼ਾ ਨਾਲ, ਉਹ ਇਨਸਾਫ ਹੈ ਜਿਹੜਾ ਉਹ ਫਾਰਸੀ ਲਿਪੀ ਨਹੀਂ ਕਰ ਪਾਉਂਦੀ। ਕਿਉਂਕਿ ਉੱਥੇ ਅਸੀਂ ਪਾਕਿਸਤਾਨ ਵਿੱਚ ਦੇਖਦੇ ਹਾਂ ਜੇ ਉੱਥੇ ਜਿਹੜੀ ਸ਼ਾਹਮੁਖੀ ਲਿਪੀ ਜਿਹਨੂੰ ਕਿਹਾ ਜਾਂਦਾ ਹੈ ਫਾਰਸੀ ਲਿਪੀ ਨੂੰ, ਉੱਥੇ ਜਿਹੜੀ ਪੰਜਾਬੀ ਲਿਖਣ ਦੇ ਲਈ ਵਰਤੀ ਜਾ ਰਹੀ ਹੈ, ਉਹ ਜਿਹੜੀ ਸ਼ਾਹਮੁਖੀ ਲਿਪੀ ਹੈ ਉਹਦੇ ਵਿੱਚ ਜਿਹੜਾ ਅਰਬੀ ਫਾਰਸੀ ਦੇ ਜਿਹੜੇ ਸ਼ਬਦਾਵਲੀ ਜ਼ਿਆਦਾ ਆ ਜਾਂਦੀ ਹੈ, ਇਸ ਕਰਕੇ ਉਹ ਪੰਜਾਬੀ ਜਿਹੜਾ ਮੁਹਾਂਦਰਾ ਹੈ ਉਹ ਉਸ ਦੇ ਨਾਲ ਇਨਸਾਫ ਨਹੀਂ ਕਰ ਪਾਉਂਦੀ। ਇਸ ਤਰੀਕੇ ਨਾਲ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਗੁਰਮੁਖੀ ਲਿਪੀ ਹੀ ਫਾਰਸੀ ਦੇ ਮੁਕਾਬਲੇ ਜ਼ਿਆਦਾ ਢੁੱਕਵੀਂ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ। ਇਸ ਤਰ੍ਹਾਂ ਅਗਲੀ ਜਿਹੜੀ ਲਿਪੀ ਹੈ ਉਹ ਰੋਮਨ ਲਿਪੀ ਹੈ।
ਰੋਮਨ ਲਿਪੀ ਅਸੀਂ ਦੇਖਦੇ ਹਾਂ ਕਿ ਇੰਗਲਿਸ਼ ਨੂੰ ਲਿਖਣ ਦੇ ਲਈ ਜਿਹੜੀ ਲਿਪੀ ਵਰਤੀ ਜਾਂਦੀ ਹੈ ਉਸਦੇ 26 ਚਿੰਨ ਨੇ ਅਤੇ ਪੰਜਾਬੀ ਦੇ ਵਿੱਚ 41 ਚਿੰਨ ਨੇ ਅਤੇ 26 ਚਿੰਨ 41 ਧੁਨੀਆਂ ਨਾਲ ਇਨਸਾਫ ਨਹੀਂ ਕਰ ਪਾਉਂਦੇ। ਅਸੀਂ ਦੇਖਦੇ ਹਾਂ ਕਿ ਦੋਹਾਂ ਲਿਪੀਆਂ ਦਾ ਜਿਹੜਾ ਉਚਾਰਨ ਵੱਖਰਾ ਵੱਖਰਾ ਵੀ ਹੈ। ਜੇ ਅਸੀਂ ਪੰਜਾਬੀ ਵਿੱਚ ਭੰਗੜਾ ਕਹਿੰਦੇ ਹਾਂ ਤਾਂ ਅੰਗਰੇਜ਼ੀ 'ਚ ਭੰਗੜਾ ਜਾਂ ਹੋਰ ਕੋਈ ਉਚਾਰਨ ਕੀਤਾ ਜਾਂਦਾ। ਪੰਜਾਬੀ 'ਚ ਤੋਤਾ ਕਹਿੰਦੇ ਹਾਂ ਉੱਥੇ ਤੋਤੇ ਵਾਸਤੇ ਕੋਈ ਧੁਨੀ ਨਹੀਂ, ਉਹ ਟੋਟਾ ਕਹਿਣਗੇ ਕਿਉਂਕਿ ਟੀ ਨਾਲ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਸੀ ਦੀ ਜਿਹੜੀ ਵਰਤੋਂ ਹੈ ਉਹ ਕਦੇ ਸੱਸੇ ਲਈ ਕੀਤੀ ਗਈ ਹੈ, ਕਦੇ ਕੱਕੇ ਧੁਨੀ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਸੱਸੇ ਦੀ ਵਰਤੋਂ, ਐੱਸ ਦੀ ਵਰਤੋਂ ਕਈ ਵਾਰੀ ਸ ਲਈ ਕੀਤੀ ਗਈ ਹੈ, ਕ ਜ ਲਈ ਕੀਤੀ ਗਈ ਹੈ। ਇਸ ਤਰ੍ਹਾਂ ਡ ਅਤੇ ਢ ਦੇ ਲਈ ਡੀ ਐੱਚ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਚ ਅਤੇ ਕ ਲਈ ਸੀ ਐੱਚ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਖ ਲਈ ਕੇ ਐੱਚ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਪੰਜਾਬੀ ਦੇ ਵਿੱਚ ਇੱਕ ਧੁਨੀ ਲਈ ਇੱਕ ਹੀ ਚਿੰਨ੍ਹ ਵਰਤਿਆ ਜਾਂਦਾ ਹੈ। ਰੋਮਨ ਲਿਪੀ ਦੇ ਵਿੱਚ ਇੱਕ ਧੁਨੀ ਲਈ ਇੱਕ ਤੋਂ ਵੱਧ ਚਿੰਨ੍ਹਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਵਿਗਿਆਨਿਕ ਤੌਰ 'ਤੇ ਸਹੀ ਨਹੀਂ ਹੈ। ਅਤੇ ਇਸ ਤਰੀਕੇ ਨਾਲ ਵਿਗਿਆਨਿਕ ਲਿਪੀ ਨਹੀਂ ਹੈ ਰੋਮਨ ਲਿਪੀ। ਕਿਉਂ ਨਹੀਂ ਲਿਪੀ? ਕਿਉਂਕਿ ਗੁਰਮੁਖੀ ਵਿੱਚ ਹਰੇਕ ਧੁਨੀ ਲਈ ਅਲੱਗ ਵਰਨ ਹੈ ਅਤੇ ਉਹਦਾ ਉਚਾਰਨ ਵੀ ਸ਼ੁੱਧ ਰਹਿੰਦਾ ਹੈ। ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖਤੀ ਰੂਪ ਵਿੱਚ ਵਰਨਾਂ ਦੀ ਤਰਤੀਬ ਨੂੰ ਯਾਦ ਕਰਨਾ ਪੈਂਦਾ ਹੈ, ਸਪੈਲਿੰਗ ਨੂੰ ਯਾਦ ਕਰਨਾ ਪੈਂਦਾ। ਅੰਗਰੇਜ਼ੀ ਅਜਿਹੀ ਭਾਸ਼ਾ ਹੈ ਜਿਹਦੇ ਵਿੱਚ ਸਪੈਲਿੰਗਾਂ ਨੂੰ ਯਾਦ ਕਰਨਾ ਪੈਂਦਾ। ਪੰਜਾਬੀ ਦੇ ਵਿੱਚ ਜਦ ਗੁਰਮੁਖੀ ਲਿਪੀ 'ਚ ਅਸੀਂ ਗੱਲ ਕਰਦੇ ਹਾਂ, ਗੁਰਮੁਖੀ ਲਿਪੀ ਦੀ ਖਾਸੀਅਤ ਇਹ ਹੈ ਜੋ ਅਸੀਂ ਬੋਲਦੇ ਹਾਂ ਉਹੀ ਲਿਖਦੇ ਹਾਂ, ਜੋ ਅਸੀਂ ਲਿਖਿਆ ਉਹੀ ਪੜ੍ਹਦੇ ਹਾਂ। ਇਸ ਵਿੱਚ ਗੁਰਮੁਖੀ ਜਿਹੜੀ ਹੈ ਉਹ ਵਿਗਿਆਨਿਕ ਲਿਪੀ ਹੈ ਅਤੇ ਰੋਮਨ ਲਿਪੀ ਇੱਕ ਰੱਟੇ ਦੀ ਲਿਪੀ ਹੈ। ਰੋਮਨ ਲਿਪੀ ਵਿੱਚ ਅਸੀਂ ਦੇਖਦੇ ਹਾਂ ਕੁਝ ਜਿਹੜੇ ਚਿੰਨ੍ਹ ਨੇ ਉਹ ਸਾਈਲੈਂਟ ਨੇ, ਜਿਸ ਤਰ੍ਹਾਂ ਅਸੀਂ ਸਾਈਕੋਲੋਜੀ ਸ਼ਬਦ ਦੇਖਦੇ ਹਾਂ ਇਹ 'ਚ ਪੀ ਸਾਈਲੈਂਟ ਆ, ਅਸੀਂ ਨਾਈਫ ਸ਼ਬਦ ਦੇਖਦੇ ਹਾਂ ਉਹ 'ਚ ਕੇ ਸਾਈਲੈਂਟ ਆ। ਇਹ ਸਾਰੀਆਂ ਗੱਲਾਂ ਨੂੰ ਸਾਨੂੰ ਯਾਦ ਕਰਨਾ ਪੈਂਦਾ ਹੈ। ਗੁਰਮੁਖੀ ਲਿਪੀ ਦੇ ਵਿੱਚ ਇਸ ਤਰ੍ਹਾਂ ਕੁਝ ਨਹੀਂ, ਜੋ ਲਿਖਿਆ ਜਾਂਦਾ ਹੈ ਉਸਨੂੰ ਉਸੇ ਤਰੀਕੇ ਨਾਲ ਪੜ੍ਹਿਆ ਜਾਂਦਾ ਹੈ। ਅਤੇ ਰੋਮਨ ਲਿਪੀ ਦੇ ਵਿੱਚ ਜਿਹੜਾ ਪੰਜਾਬੀ ਉਚਾਰਨ ਆ ਉਹ ਵੀ ਢੁੱਕਵਾਂ ਨਹੀਂ ਰਹਿੰਦਾ। ਇਹ ਸਾਰੇ ਚਰਚੇ ਤੋਂ ਬਾਅਦ ਅਸੀਂ ਇਸ ਗੱਲ 'ਤੇ ਪਹੁੰਚਦੇ ਹਾਂ ਕਿ ਗੁਰਮੁਖੀ ਲਿਪੀ ਹੀ ਪੰਜਾਬੀ ਭਾਸ਼ਾ ਦੀ ਵਿਲੱਖਣਤਾ ਨੂੰ ਕਾਇਮ ਰੱਖਦੀ ਹੈ। ਇਹ ਇੱਕ ਸਹੀ ਲਿਪੀ ਹੈ ਜਿਹੜੀ ਪੰਜਾਬੀ ਭਾਸ਼ਾ ਨੂੰ ਸੁਚਾਰੂ ਰੂਪ ਦਿੰਦੀ ਹੈ ਅਤੇ ਉਸਦਾ ਜਿਹੜਾ ਸਦੀਆਂ ਤੋਂ ਚੱਲਿਆ ਜਿਹੜਾ ਮੁਹਾਂਦਰਾ ਹੈ, ਬੋਲੀ ਦਾ ਇੱਕ ਲਹਿਜਾ ਹੈ, ਇਹ ਬੋਲੀ ਦਾ ਜਿਹੜਾ ਸੁਭਾਅ ਹੈ ਉਸਨੂੰ ਬਰਕਰਾਰ ਰੱਖਦੀ ਹੈ। ਅਤੇ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਸਿਰਫ ਗੁਰਮੁਖੀ ਹੀ ਸਹੀ ਅਤੇ ਸੁਚੱਜੀ ਅਤੇ ਢੁੱਕਵੀਂ ਲਿਪੀ ਹੈ। ਧੰਨਵਾਦ।